ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੂਬੇ ਦੇ ਡੀਜੀਪੀ ਨੂੰ ਯਾਪਾ ਕਾਨੂੰਨ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਨੇ ਕਿ ਇਸ ਐਕਟ ਦੀ ਜਿਹੜੀ ਦੁਰਵਰਤੋਂ ਹੋ ਰਹੀ ਆ ਪੰਜਾਬ ਦੇ ਵਿੱਚ ਤੇ ਜਿਹੜਾ ਬਿਨਾਂ ਵਜ੍ਹਾ ਤੋਂ ਇਹ ਐਕਟ ਕਈ ਕੇਸਾਂ ਦੇ ਵਿੱਚ ਲਗਾ ਕੇ ਲੋਕਾਂ ਨੂੰ ਮਾਨਸਿਕ ਤੌਰ ਤੇ ਤਸੀਹੇ ਦਿੱਤੇ ਜਾ ਰਹੇ ਨੇ ਇਸ ਮਸਲੇ ਦੇ ਵਿੱਚ ਹਾਈ ਕੋਰਟ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਚਲਦਿਆਂ ਇਹ ਕਿਹਾ ਗਿਆ ਕਿ ਇਸ ਐਕਟ ਜਿਹੜੀ ਯਾਪਾ ਉਹਦੀ ਦੁਰਉਪਯੋਗ ਕੀਤਾ ਜਾ ਰਿਹਾ ਤੇ ਉਹਦੀ ਪੰਜਾਬ ਦੇ ਡੀਜੀਪੀ ਜਾਂਚ ਕਰੇ ਪੂਰਾ ਮਸਲਾ ਕੀ ਇਸ ਮਸਲੇ ਦੇ ਵਿੱਚ ਅੱਜ ਸੁਣਵਾਈ ਹੋਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਸੂਬੇ ਅੰਦਰ ਜਿਹੜਾ ਅਨਲੌਫੁਲ ਐਕਟੀਵਿਟੀਜ਼ ਪ੍ਰੋਵੈਂਸ਼ਨ ਐਕਟ ਯੂਏਪੀਏ ਉਹਦੇ ਤਹਿਤ ਜਿਹੜੇ ਨੇ ਪੰਜਾਬ ਪੁਲਿਸ ਤੇ ਲੱਗੇ ਨੇ ਸਵਾਲ ਦੋਸ਼ ਲੱਗੇ ਨੇ ਕਿ ਇਸ ਐਕਟ ਦੀ ਜਿਹੜੀ ਦੁਰਵਰਤੋਂ ਹੁੰਦੀ ਆ ਉਹਦੇ ਜਾਂਚ ਕਰਨ ਵਾਸਤੇ ਆਦੇਸ਼ ਜਾਰੀ ਕੀਤੇ ਗਏ ਨੇ ਅਸਲ ਦੇ ਵਿੱਚ ਇੱਕ ਕਤਲ ਦੇ ਯਤਨ ਦੇ ਵਿੱਚ ਇੱਕ ਮਾਮਲੇ ਤੇ ਜੁੜੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਜਿਸ ਵਿੱਚ ਪੁਲਿਸ ਦੇ ਜਾਂਚ ਅਧਿਕਾਰੀ ਨੇ ਮਕਦਮੇ ਦੇ ਵਿੱਚ ਯੋਆਪਾ ਦੀਆਂ ਧਰਾਵਾਂ ਲਾਈਆਂ ਸੀ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਇਸ ਮਸਲੇ ਦੇ ਵਿੱਚ ਹੁਣ ਡੀਜੀਪੀ ਨੂੰ ਹੁਕਮ ਦਿੱਤੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਜਿਸ ਵਿੱਚ ਜਸਟਿਸ ਸ਼ਰੇਸ਼ਵਰ ਠਾਕੁਰ ਅਤੇ ਜਸਟਿਸ ਸੁਦੁਪਤੀ ਸ਼ਰਮਾ ਦੇ ਬੈਂਚ ਨੇ ਸੁਣਵਾਈ ਕੀਤੀ ਉਹਨਾਂ ਨੇ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਪਰਦੇਸ਼ ਅੰਦਰ ਜੁਆਪਾ ਐਕਟ ਦੇ ਤਹਿਤ ਅਪਰਾਧ ਦਰਜ ਕਰਨ ਤੇ ਰੋਕ ਲਗਾਉਣ ਵਾਸਤੇ ਵੀ ਕਿਹਾ ਜਿਹੜੇ ਜਿਹੜੇ ਹਾਈ ਕੋਰਟ ਵੱਲੋਂ ਨਿਰਦੇਸ਼ ਅੱਜ ਜਾਰੀ ਕੀਤੇ ਗਏ ਉਹਦੇ ਵਿੱਚ ਕਿਹਾ ਕਿ ਪੁਲਿਸ ਕਮਿਸ਼ਨਰ ਉਹਨਾਂ ਸਾਰੀਆਂ ਐਫਆਈਆਰ ਦੀ ਇਨਵੈਸਟੀਗੇਸ਼ਨ ਡੇਲੀ ਬੇਸਿਸ ਤੇ ਨਿਗਰਾਨੀ ਐਡ ਕਰੇਗਾ ਜਿਸ ਵਿੱਚ ਜਾਂਚ ਅਧਿਕਾਰੀ ਵੱਲੋਂ ਜੁਆਪਾ ਦੇ ਤਹਿਤ ਧਰਾਵਾਂ ਲਗਾਉਣ ਦੇ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਨੇ ਦੂਜਾ ਬ੍ਰੀਕੀ ਦੀ ਨਾਲ ਜਾਂਚ ਤੇ ਡੇਲੀ ਬੇਸ ਤੇ ਨਿਗਰਾਨੀ ਤੋਂ ਬਾਅਦ ਯਵਪਾ ਦੇ ਨਾਲ ਜਿਹੜੇ ਪ੍ਰਭਾਵਿਤ ਦੋਸ਼ੀਆਂ ਦੇ ਖਿਲਾਫ ਇਕੱਠੀ ਕੀਤੀ ਗਈ ਜਿਹੜੀ ਇਤਰਾਜਯੋਗ ਸਮਗਰੀ ਤੇ ਪੂਰੀ ਸਮਝਦਾ ਇਸਤੇਮਾਲ ਕਰਨਾ ਚਾਹੀਦਾ ਇਸ ਵਿੱਚ ਦੇਖਣਾ ਚਾਹੀਦਾ ਕਿ ਕੀ ਯਵਪਾ ਐਕਟ ਦੇ ਤਹਿਤ ਇਸ ਅਪਰਾਧ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਤੀਜਾ ਅਗਰ ਪੁਲਿਸ ਵੱਲੋਂ ਆਪਣੀ ਡਿਊਟੀ ਵਿੱਚ ਲਾਪਰਵਾਹੀ ਹੁੰਦੀ ਆ ਤਾਂ ਪੰਜਾਬ ਦੇ ਡੀਜੀਪੀ ਕਾਨੂੰਨ ਦੇ ਮੁਤਾਬਕ ਦੋਸ਼ੀ ਆਯੋ ਦੇ ਖਿਲਾਫ ਉਚਿਤ ਕਾਰਵਾਈ ਸੁਨਿਸ਼ਚਿਤ ਕਰੇ ਮਸਲਾ ਕੀ ਹਾਈ ਕੋਰਟ ਦੇ ਬੈਂਚ ਨੇ ਪੰਜਾਬ ਦੇ ਡੀਜੀਪੀ ਨੂੰ ਇਹ ਨਿਰਦੇਸ਼ ਦਿੱਤੇ ਨੇ ਲੁਧਿਆਣਾ ਵਿੱਚ ਇੱਕ ਦਰਜ ਮਕਦਮੇ ਨਾਲ ਜੁੜੇ ਦੀ ਕੇਸ ਦੀ ਸੁਣਵਾਈ ਦੇ ਦੌਰਾਨ ਸਾਲ 2022 ਵਿੱਚ ਲੁਧਿਆਣਾ ਪੁਲਿਸ ਨੇ ਇੱਕ ਮਕਦਮਾ ਦਰਜ ਕੀਤਾ ਸੀ ਆਈਪੀਸੀ ਧਾਰਾ 307 341 323 427 506 148 149 ਅਤੇ 34 ਅਤੇ ਆਰਮਜ਼ ਐਕਟ ਦੀ ਧਾਰਾ 25 27 54 ਤੇ 50 ਦੇ ਤਹਿਤ ਨਾਲ ਕਤਲ ਦੇ ਯਤਨ ਦਾ ਮਾਮਲਾ ਦਰਜ ਕਰਦੇ ਹੋਏ ਉਸ ਵਿੱਚ ਯਾਪਾ ਐਕਟ ਦੀ ਧਾਰਾ 13 ਵੀ ਜੋੜ ਦਿੱਤੀ ਗਈ ਸੀ ਇਸ ਕੇਸ ਦੇ ਦੋਸ਼ੀਆਂ ਨੇ ਹਾਈ ਕੋਰਟ ਦੇ ਵਿੱਚ ਜ਼ਮਾਨਤ ਵਾਸਤੇ ਪਟੀਸ਼ਨ ਲਗਾਏ ਸੀ ਜਿਸ ਦੀ ਸੁਣਵਾਈ ਚੱਲ ਰਹੀ ਆ ਐਫ ਆਈ ਆਰ ਦੇ ਅਨਸਾਰ ਦੋਸ਼ੀ ਕਿ ਕੁਝ ਲੋਕ ਸ਼ਿਕਾਇਤਕਰਤਾ ਦੇ ਘਰ ਸਾਹਮਣੇ दारू ਪੀ ਰਹੇ ਸਨ ਜਦ ਸ਼ਿਕਾਇਤਕਰਤਾ ਨੇ ਉਹਨਾਂ ਨੂੰ ਰੋਕਿਆ ਤਾਂ ਫਿਰ ਝਗੜਾ ਹੋ ਗਿਆ ਇਸ ਝਗੜੇ ਵਿੱਚ ਦੋਸ਼ੀਆਂ ਨੇ ਸ਼ਿਕਾਇਤ ਕਰਤਾ ਤੇ ਉਹਦੇ ਰਿਸ਼ਤੇਦਾਰਾਂ ਤੇ ਗੋਲੀ ਚਲਾ ਦਿੱਤੀ ਜਿਸ ਕਰਕੇ ਉਹ ਜ਼ਖਮੀ ਹੋ ਗਏ ਅਦਾਲਤ ਨੇ ਕਿਹਾ ਕਿ ਇਸ ਅਫੇਅਰ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਆਈਓ ਜਿਹੜਾ 45 ਅਫਸਰ ਹੀ ਉਹਨੇ ਯਾਪਾ ਦੀ ਧਾਰਾ 13 ਜੋੜ ਦਿੱਤੀ ਹਾਲਾਂਕਿ ਟ੍ਰਾਇਲ ਕੋਰਟ ਦੇ ਸਾਹਮਣੇ ਦਾਇਰ ਦੋਸ਼ ਪੱਤਰ ਵਿੱਚ ਉਸ ਨੂੰ ਹਟਾ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਦਾਇਰ ਜਵਾਬ ਦੇ ਵਿੱਚ ਗੌਰ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਯੂਆਪਾ ਐਕਟ ਦੀ ਧਾਰਾ 13 ਇਸ ਲਈ ਲਗਾਈ ਕਿਉਂਕਿ ਜਾਂਚ ਵਿੱਚ ਪਾਇਆ ਗਿਆ ਕਿ ਦੋਸ਼ੀ ਵਿਕਤੀਆਂ ਨੇ ਇੱਕ ਗਰੁੱਪ ਬਣਾਇਆ ਤੇ ਜਨਤਾ ਦੇ ਨਾਲ ਝਗੜੇ ਵਿੱਚ ਸ਼ਾਮਲ ਹੋ ਗਏ ਜਿਸ ਤੋਂ ਸਮਾਜ ਵਿੱਚ دہشت ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ ਹਾਲਾਂਕਿ ਸੀਪੀ ਨੇ ਇਸੇ ਜਵਾਬ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਯੂਆਪਾ ਐਕਟ ਦੀ ਧਾਰਾ 13 ਦੇ ਤਹਿਤ ਇਸ ਕੇਸ ਵਿੱਚ ਲਾਗੂ ਨਹੀਂ ਹੁੰਦੀ ਪਿਛਲੀ ਕਾਰਵਾਈ ਦੇ ਦੌਰਾਨ ਅਦਾਲਤ ਨੇ ਸੀਪੀ ਲੁਧਿਆਣਾ ਨੂੰ ਇਹ ਵੀ ਦੱਸਣ ਵਾਸਤੇ ਬੁਲਾਇਆ ਸੀ ਕਿ ਵਿਆਪਾ ਦੇ ਤਹਿਤ ਅਪਰਾਧ ਜੋੜਿਆ ਗਿਆ ਜਾਂ ਨਹੀਂ ਸੂਬਾ ਸਰਕਾਰ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਵਿਆਪਾ ਦੇ ਤਹਿਤ ਅਪਰਾਧ ਜੋੜਿਆ ਗਿਆ ਸੀ ਲੇਕਿਨ ਬਾਅਦ ਵਿੱਚ ਹਟਾ ਦਿੱਤਾ ਗਿਆ ਤੇ ਪੁਲਿਸ ਦੁਆਰਾ ਇਸ ਕੇਸ ਦੀ ਮਿਸ ਇੰਟਰਪ੍ਰੀਟੇਸ਼ਨ ਦੇ ਕਾਰਨ ਜੋੜਿਆ ਗਿਆ ਸੀ ਇਸ ਤੇ ਸੁਣਵਾਈ ਕਰਦੇ ਹੋਏ ਜਸਟਿਸ ਠਾਕੁਰ ਨੇ ਟਿੱਪਣੀ ਕੀਤੀ ਕਿ ਇਹ ਪੂਰੀ ਤਰ੍ਹਾਂ ਨਾਲ ਸਮਝ ਦਾ ਪਰਜੋਗ ਨਾ ਕਰਨਾ ਅਤੇ ਪੁਲਿਸ ਦੇ ਕੁਝ ਲੋਕ ਇਹ ਮਕਸਦ ਨੂੰ ਵੀ ਦਰਸਾਉਂਦਾ ਨੀਤੀ ਦੀ ਕਠੋਰਤਾ ਜਾਣਨ ਦੇ ਬਾਵਜੂਦ ਕੋਰ ਗਲਤ ਵਿਆਖਿਆ ਕੀਤੀ ਗਈ ਹੈ ਵਿਆਪ ਦੇ ਨਿਪਟਣ ਦੇ ਦੌਰਾਨ ਸਾਵਧਾਨ ਰਹਿਣ ਦੀ ਜ਼ਰੂਰਤ ਸੀ ਇਸ ਨੂੰ ਪੀੜਤ ਦੇ ਲਈ ਇੱਕੋ ਉਪਕਰਨ ਦੇ ਰੂਪ ਵਿੱਚ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਇਹ ਪੂਰੀ ਤਰ੍ਹਾਂ ਨਾਲ ਜ਼ਬਰਨ ਵਸੂਲੀ ਵਾਲੀ ਪੁਲਿਸਿੰਗ ਹੈ ਅਤੇ ਨਿਰਪੱਖ ਪੁਲਿਸਿੰਗ ਨਹੀਂ ਹੈ ਔਰ ਆਪਣਾ ਜਿਹੜਾ ਇਮਾਨਦਾਰੀ ਨਾਲ ਕੰਮ ਪੂਰੀ ਤਰ੍ਹਾਂ ਕਰਨ ਦੀ ਵੀ ਪੁਲਿਸ ਨੂੰ ਜ਼ਰੂਰਤ ਹੈ। ਕੋਰਟ ਨੇ ਵੀ ਕਿਹਾ ਕਿ ਦੋਸ਼ ਪੱਤਰ ਵਿੱਚ ਵਿਆਪਾ ਦੇ ਜਿਹੜੇ ਪ੍ਰਵਾਧਾਨ ਆ ਉਹਨਾਂ ਨੂੰ ਬਾਹਰ ਰੱਖਣ ਦਾ ਇਹ ਮਸਲਾ ਸਾਹਮਣੇ ਹੈ ਜਿਸ ਵਿੱਚ ਪਟੀਸ਼ਨ ਕਰਤਾ ਦੇ ਲਈ ਜ਼ਮਾਨਤ ਦਾ ਮਾਮਲਾ ਆਸਾਨ ਹੋ ਜਾਂਦਾ ਸੀ। ਸੂਬੇ ਦੇ ਵਕੀਲ ਨੇ ਤਰਕ ਦਿੱਤਾ ਕਿ ਦੋਸ਼ੀ ਵਿਅਕਤੀ ਜ਼ਮਾਨਤ ਦੇ ਪਾਤਰ ਨਹੀਂ ਹੈ ਕਿਉਂਕਿ ਉਹ ਇੱਕ ਆਦਤਨ ਅਪਰਾਧੀ ਹਨ। ਹਾਲਾਂਕਿ ਇਹ ਕਹਿੰਦੇ ਹੋਏ ਵਰਤਮਾਨ ਜ਼ਮਾਨਤ ਅਵੇਦਕਾਂ ਦੇ ਵਾਰ-ਵਾਰ অপরাধ ਦੇ ਵਿੱਚ ਸ਼ਾਮਲ ਹੋਣਾ ਇਸ ਅਦਾਲਤ ਨੂੰ ਉਹਨੂੰ ਰੈਗੂਲਰ ਜ਼ਮਾਨਤ ਤੇ ਵਧਾਉਣ ਤੇ ਨਹੀਂ ਰੋਕਦਾ ਕਿਉਂਕਿ ਇਸ ਤੋਂ ਬਾਅਦ ਉਹਨਾਂ ਤੇ ਸਖਤ ਜਿਹੜੀਆਂ ਨੇ ਸ਼ਰਤਾਂ ਲਗਾਈਆਂ ਗਈਆਂ ਨੇ ਪਟੀਸ਼ਨ ਦਾ ਨਪਟਾਰਾ ਕਰਦੇ ਹੋਏ ਕੋਰਟ ਨੇ ਇਹ ਵੀ ਦਿਸ਼ਾ ਨਿਰਦੇਸ਼ਾਂ ਤੇ ਸਖਤੀ ਨਾਲ ਪਾਲਣ ਕਰਨ ਵਾਸਤੇ ਵੀ ਪੰਜਾਬ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਨੇ ਇਹ ਜਿਹੜੇ ਨਿਰਦੇਸ਼ ਨੇ ਸੂਬੇ ਦੇ ਡੀਜੀਪੀ ਨੂੰ ਕੀਤੇ ਗਏ ਨੇ ਲੁਧਿਆਣਾ ਦੇ ਵਿੱਚ ਜਿਹੜਾ ਮਕਦਮਾ ਅੰਦਰ ਜਾ ਉਹਦੇ ਵਿੱਚ ਪੁਲਿਸ ਨੇ ਜਿਹੜਾ ਯੋਪਾ ਐਕਟ ਦੀ 13 ਧਾਰਾ ਜੋੜ ਦਿੱਤੀ ਜਿਸ ਕਰਕੇ ਹਾਈ ਕੋਰਟ ਨੇ ਮਹਿਸੂਸ ਕੀਤਾ ਹੈਗਾ ਕਿ ਇਹ ਜਿਹੜਾ ਸੂਬੇ ਅੰਦਰ ਜਿਹੜੀਆਂ ਯੋਪਾ ਲਾਇਆ ਜਾ ਇਹਨੂੰ ਰੋਕਿਆ ਜਾਵੇ ਔਰ ਜਿੰਨੇ ਵੀ ਪੁਲਿਸ ਅਧਿਕਾਰੀ ਨੇ ਕਮਿਸ਼ਨਰ ਇਹ ਖਾਸ ਕਰਕੇ ਲੁਧਿਆਣਾ ਦਾ ਕੇਸ ਆ ਉਹਦੇ 'ਚ ਉਹ ਸਾਰੀਆਂ तमाम ਜਿਹੜੀਆਂ ਮਕਦਮੇ ਦਰਜ ਕੀਤੇ ਗਏ ਨੇ ਐਫ ਆਈ ਆਰ ਰਜਿਸਟ੍ਰੇਸ਼ਨ ਕੀਤੀ ਗਈ ਹੈ ਉਹਦੀ ਡੇਲੀ ਬੇਸ ਜਿਹੜੀ ਇਨਵੈਸਟੀਗੇਸ਼ਨ ਆ ਉਹਦੀ ਸੀਪੀ ਪੁਲਿਸ ਕਮਿਸ਼ਨਰ ਜਿਹੜੇ ਸੀਪੀ ਨੇ ਉਹ ਨਿਗਰਾਨੀ ਕਰਨਗੇ ਔਰ ਜਿਸ ਜਾਂਚ ਅਧਿਕਾਰੀ ਆਈਓ ਨੇ ਜੋ ਆਪਾ ਦੇ ਤਹਿਤ ਧਰਾਵਾਂ ਲਗਾਈਆਂ ਨੇ ਉਹ ਸਬੂਤ ਇਕੱਠੇ ਕਰਨ ਵਾਸਤੇ ਕੀ ਕਰ ਰਹੇ ਤੇ ਨਾਲ ਦੀ ਨਾਲ ਅਗਰ ਕਿਸੇ ਆਈਓ ਨੇ ਇਹ ਗਲਤ ਧਾਰਾ ਲਗਾਈਆਂ ਨੇ ਉਸ ਦੇ ਖਿਲਾਫ ਪੰਜਾਬ ਪੁਲਿਸ ਨੂੰ ਜਾਂ ਮਤਲਬ ਡੀਜੀਪੀ ਨੂੰ ਉਸ ਆਈਓ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਦੇ ਦੇ ਇਸ ਮਸਲੇ ਦੇ ਵਿੱਚ ਅਗਲੀ ਸੁਣਵਾਈ ਤੱਕ ਲੁਧਿਆਣਾ ਪੁਲਿਸ ਔਰ ਖਾਸ ਕਰਕੇ ਪੰਜਾਬ ਦੇ ਡੀਜੀਪੀ ਜਿਹੜੇ ਆਈਓਜ਼ ਨੇ ਜਿਹੜੇ ਪੜਤਾਲੀਆ ਅਫਸਰ ਸਨ ਉਹਨਾਂ ਨੇ ਅਗਰ ਕਿਸੇ ਦੇ ਖਿਲਾਫ ਯੋਪਾ ਐਕਟ ਦੀ ਧਾਰਾ 13 ਦਾ ਗਲਤ ਇਸਤੇਮਾਲ ਕੀਤਾ ਤੇ ਉਹ ਕਿੰਨੇ ਅਧਿਕਾਰੀ ਨੇ ਤੇ ਕੀ ਇਸ ਮਸਲੇ ਦੇ ਵਿਹਨ ਪੁਲਿਸ ਫਿਰ ਜੇ ਮੁਕਦਮੇ ਦਰਜ ਕੀਤੇ ਨੇ ਉਹਦੇ ਚ ਜਿਹੜੀ ਵਿਆਪਾ 13 ਐਕਟ ਕਹਿੰਦਾ ਉਹਨੂੰ ਹਟਾ ਲਿਆਊਗਾ ਜਾਂ ਫਿਰ ਹਾਈ ਕੋਰਟ ਦੇ ਵਿੱਚੋਂ ਸਰਕਾਰ ਨੂੰ ਕੀ ਜਵਾਬ ਦੇਣਾ ਪਊਗਾ ਜਾਂ ਪੰਜਾਬ ਪੁਲਿਸ ਨੂੰ ਇਹ ਪੁਲਿਸ ਤੇ ਨਿਰਭਰ ਕਰਦਾ ਲਿਕਨ ਇਹ ਮਹਿਸੂਸ ਹੋ ਚੁੱਕਾ ਹਾਈ ਕੋਰਟ ਦੇ ਵਿੱਚ ਕਿ ਸੂਬੇ ਦੇ ਅੰਦਰ ਜੋ ਆਪਾਂ ਜਿਹੜਾ ਐਕਟ ਆ ਉਹਦਾ ਜਿਹੜੀ ਧਾਰਾ 13 ਵਾਂ ਉਹਦਾ ਗਲਤ ਇਸਤੇਮਾਲ ਹੋ ਰਿਹਾ ਫਿਲਹਾਲ ਇਸ ਜਾਣਕਾਰੀ ਦਨ ਧੜਤੋਲ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ